ਆਏ ਦਿਨੀ ਆਪਾਂ ਨੂੰ ਖਬਰ ਸਾਹਮਣੇ ਆਉਂਦੀ ਹੈ ਕਿ ਵਿਦੇਸ਼ ਦੇ ਵਿੱਚ ਨੌਜਵਾਨ ਦੀ ਮੌਤ, ਜਿਹੜੀ ਮੌਤ ਹੋ ਗਈ, ਨੌਜਵਾਨਾਂ ਦੀਆਂ ਮੌਤਾਂ ਦਾ ਜਿਹੜਾ ਸਿਲਸਿਲਾ ਵਿਦੇਸ਼ਾਂ ਦੇ ਵਿੱਚ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹਾਲੇ ਪਤਾ ਨਹੀਂ ਹੋਰ ਕਿੰਨੇ ਕੁ ਘਰ ਉਜਾੜ ਕੇ ਇਹ ਚੀਜ਼ ਜਿਹੜੀ ਹੈ ਉਹ ਰੁਕੇਗੀ। ਇਸੇ ਤਰ੍ਹਾਂ ਦੀ ਇੱਕ ਮੰਦਭਾਗੀ ਖਬਰ ਹੈ ਜਿਹੜੀ ਉਹ ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਚੀਮਾ ਤੋਂ ਆ ਰਹੀ ਹੈ, ਜਿਹੜਾ ਕਿ ਮਾਂ ਪਿਓ ਨੇ ਆਪਣੇ ਪੁੱਤਰ ਦਾ ਵਿਆਹ ਬੜੇ ਹੀ ਚਾਈ ਚਾਈ ਵਿਆਹ ਕਰਕੇ ਉਸਨੂੰ ਇੰਗਲੈਂਡ ਭੇਜਿਆ ਸੀ। ਅੱਜ ਤੋਂ 8 ਮਹੀਨੇ ਪਹਿਲਾਂ ਹੀ ਹਲੇ ਮੁੰਡਾ ਉਹਨਾਂ ਦਾ ਇੰਗਲੈਂਡ ਪਹੁੰਚਿਆ। ਉਹਨਾਂ ਨੇ ਪਹਿਲਾਂ ਆਪਣੀ ਨੂੰਹ ਨੂੰ ਉਹਨਾਂ ਨੇ ਪੈਸਾ ਲਗਾ ਕੇ ਜਿਹੜਾ ਬਾਹਰ ਭੇਜਿਆ ਸੀ। 29 ਸਤੰਬਰ ਨੂੰ ਜਿਹੜਾ ਉਹਨਾਂ ਨੇ ਆਪਣੀ ਲੜਕੇ ਦੀ ਸ਼ਾਦੀ ਕੀਤੀ ਹੈ ਅਤੇ ਉਸ ਤੋਂ ਬਾਅਦ ਨੂੰਹ ਨੂੰ ਭੇਜਣ ਤੋਂ ਬਾਅਦ ਕੁਝ ਸਮੇਂ ਬਾਅਦ ਲੜਕਾ ਵੀ ਜਿਹੜਾ ਉਹਨਾਂ ਦਾ 19 ਦਸੰਬਰ 2023 ਨੂੰ ਬਾਹਰ ਗਿਆ ਅਤੇ ਹੁਣ ਹਲੇ 8 ਮਹੀਨੇ ਹੀ ਉਸਨੂੰ ਹੋਏ ਸੀ। ਉੱਥੇ ਜਾਣ ਤੋਂ ਬਾਅਦ ਜਦੋਂ ਵਿਦੇਸ਼ ਉਹਨਾਂ ਦਾ ਮੁੰਡਾ ਚਲਾ ਜਾਂਦਾ ਹੈ ਤਾਂ ਉਸ ਸਮੇਂ ਉੱਥੇ ਜਿਹੜੀ ਉਹਦੀ ਵਾਈਫ ਹੈ ਉਹ ਉਹਨੂੰ ਕਾਫੀ ਜ਼ਿਆਦਾ ਉਹਨੂੰ ਤੰਗ ਪਰੇਸ਼ਾਨ ਕਰਨ ਲੱਗ ਜਾਂਦੀ ਹੈ। ਜਦੋਂ ਇੱਥੋਂ ਜਾਂਦਾ ਹੈ ਵਿਦੇਸ਼ ਤਾਂ ਉਹਦਾ ਜਿੰਨੇ ਵੀ ਪੈਸੇ ਹੈ, ਕੱਪੜਾ ਲੀੜਾ, ਉਹ ਸਾਰਾ ਕੁਝ ਖੋ ਲੈਂਦੀ ਹੈ। ਅਤੇ ਲੜਕੇ ਦੇ ਪਰਿਵਾਰ ਦੇ ਵੱਲੋਂ, ਉਹਦੇ ਪਿਤਾ ਵੱਲੋਂ, ਉਹਦੇ ਮਾਂ ਪਿਓ ਨਾਲ, ਲੜਕੀ ਦੇ ਮਾਂ ਪਿਓ ਨਾਲ ਗੱਲਬਾਤ ਕੀਤੀ ਜਾਂਦੀ ਹੈ ਵੀ ਤੁਸੀਂ ਆਪਣੀ ਲੜਕੀ ਨੂੰ ਸਮਝਾਓ ਵੀ ਉਹ ਇਸ ਤਰ੍ਹਾਂ ਨਾ ਕਰੇ, ਪਰ ਉਹ ਕਿਸੇ ਦੀ ਵੀ ਗੱਲ ਸੁਣਨ ਸਮਝਣ ਨੂੰ ਜਿਹੜਾ ਉਹ ਤਿਆਰ ਨਹੀਂ ਸੀ। ਉਲਟਾ ਲੜਕੀ ਦੇ ਮਾਮੇ ਦੇ ਮੁੰਡੇ ਅਤੇ ਨੂੰਹ ਹੈ ਜਿਹੜੇ ਉਹ ਮੁੰਡੇ ਨੂੰ, ਜਿਹੜਾ ਲੜਕਾ ਹੈ ਗੁਰਵੀਰ ਸਿੰਘ, ਉਹਨੂੰ ਧਮਕੀਆਂ ਦਿੰਦੇ ਸੀ ਕਿ ਅਸੀਂ ਤੈਨੂੰ ਡਿਪੋਰਟ ਕਰਾ ਕੇ ਜਿਹੜਾ ਇੰਡੀਆ ਵਾਪਸ ਭੇਜ ਦੇਵਾਂਗੇ, ਅਸੀਂ ਤੈਨੂੰ ਇੱਥੇ ਨਹੀਂ ਰਹਿਣ ਦੇਵਾਂਗੇ। ਫਿਰ ਲੜ ਝਗੜ ਕੇ ਲੜਕੀ ਨੇ ਜਿਹੜਾ ਆਪਣੇ ਘਰ ਵਾਲੇ ਨੂੰ, ਗੁਰਵੀਰ ਸਿੰਘ ਨੂੰ, ਘਰੋਂ ਕੱਢ ਦਿੱਤਾ। ਉੱਥੋਂ ਸਾਰਾ ਸਮਾਨ ਖੋ ਲਿਆ, ਉਹਦੇ ਕੱਪੜੇ, ਲੀੜੇ, ਪੈਸਾ, ਸਾਰਾ ਕੁਛ ਖੋ ਕੇ ਉਹਨੂੰ ਘਰੋਂ ਕੱਢ ਦਿੱਤਾ। ਅਤੇ ਉਹ ਕਾਫੀ ਦਿਨ ਜਿਹੜਾ ਉਹ ਸੜਕਾਂ 'ਤੇ ਜਿਹੜਾ 4-5 ਦਿਨ ਰੁਲਦਾ ਰਿਹਾ। ਫਿਰ ਹਾਰ ਕੇ ਉਹਨੇ ਆਪਣੇ ਇੱਥੇ ਇੰਡੀਆ ਦੇ ਵਿੱਚ ਆਪਣੇ ਮਾਤਾ ਪਿਤਾ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਫਿਰ ਉਹਦੇ ਮਾਤਾ ਪਿਤਾ ਨੇ ਪਿੰਡ ਦੇ ਜਿਹੜੇ ਆ ਮੁੰਡੇ ਉੱਥੇ ਰਹਿੰਦੇ ਸੀ ਉਹਨਾਂ ਨਾਲ ਗੱਲਬਾਤ ਕਰਕੇ ਉੱਥੇ ਉਹਦਾ ਰਹਿਣ ਦਾ ਪ੍ਰਬੰਧ ਕੀਤਾ। ਅਤੇ ਜਦੋਂ ਉਹਨਾਂ ਨੇ ਉੱਥੇ ਆਪਦੇ ਦੋਸਤਾਂ ਕੋਲ ਰਹਿਣ ਲੱਗਾ ਅਤੇ ਉੱਥੇ ਉਹਨਾਂ ਨੇ ਉਹਨੂੰ ਕੰਮ ਕਾਰ ਕੇ ਲਵਾਇਆ। ਆਹ ਹੁਣ ਉਸਦੀ ਜਿਹੜੀ ਮੌਤ ਹੋਈ ਹੈ, ਮੌਤ ਹੋਣ ਤੋਂ 4 ਦਿਨ ਪਹਿਲਾਂ ਲੜਕੀ, ਜਾਣੀ ਕਿ ਜਿਹਦੇ ਨਾਲ ਉਹਦਾ ਵਿਆਹ ਹੋਇਆ ਸੀ, ਉਹਨੇ ਫਿਰ ਆਣ ਕੇ ਲੜਕੇ ਦੀ ਸਾਰੀ ਉਹਨੇ ਘਰ ਆ ਕੇ ਉਹਦੀ ਜਿੱਥੇ ਉਹ ਰਹਿ ਰਿਹਾ ਸੀ ਰੂਮ 'ਚ ਸਾਰੀ ਚੈਕਿੰਗ ਕੀਤੀ, ਉਹਦੀ ਫੋਲਾ ਫਰਾਲੀ ਕੀਤੀ, ਕਾਗਜ਼ ਪੱਤਰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਹਨੂੰ ਕੁਛ ਹੱਥ ਨਹੀਂ ਲੱਗਿਆ। ਜਿਹੜੇ ਪੈਸੇ ਉਹਨੇ ਜੋੜ ਕੇ ਰੱਖੇ ਸੀ ਥੋੜ੍ਹੇ ਬਹੁਤੇ ਆਪਦੇ ਖਰਚੇ ਵਾਸਤੇ, ਉਹ ਵੀ ਉਹ ਉੱਥੋਂ ਖੋ ਕੇ ਉੱਤੋਂ ਲੈ ਕੇ ਅਤੇ ਚਲੇ ਗਈ। ਉਸ ਤੋਂ ਬਾਅਦ ਲੜਕੇ ਨੂੰ ਫਿਰ ਇੱਕ ਦਿਨ ਅਗਲੇ ਇੱਥੇ ਬਿਮਾਰ ਹੋਣ ਤੋਂ 4 ਦਿਨ ਪਹਿਲਾਂ ਜਦੋਂ ਕਰਕੇ ਗਈ ਹੈ, ਫਿਰ ਲੜਕਾ ਇਸੇ ਟੈਨਸ਼ਨ ਦੇ ਵਿੱਚ ਬਿਮਾਰ ਹੋ ਗਿਆ। ਜਦੋਂ ਬਿਮਾਰ ਹੋ ਗਿਆ ਤਾਂ ਉਹਨੂੰ ਹੋਸਪਿਟਲ ਵਾਲੇ ਦਾਖਲ ਨਹੀਂ ਕਰ ਰਹੇ ਸੀ ਅਤੇ ਇਸ ਦੇ ਇੱਥੇ ਇੰਡੀਆ ਦੇ ਵਿੱਚ ਫੋਨ ਆਇਆ ਤਾਂ ਲੜਕੇ ਦੇ ਚਾਚਾ ਜੀ ਨੇ ਖੁਦ ਲੜਕੀ ਦੇ ਮਾਤਾ ਪਿਤਾ ਨੂੰ ਫੋਨ ਕੀਤਾ ਵੀ ਤੁਸੀਂ ਆਪਣੀ ਲੜਕੀ ਨੂੰ ਇੱਕ ਵਾਰੀ ਫੋਨ ਕਰਕੇ ਕਹੋ ਕਿ ਉਹ ਹੋਸਪਿਟਲ ਦੇ ਵਿੱਚ ਜਾ ਕੇ ਉਹਦਾ ਐਡਮਿਟ ਕਰਾਵੇ, ਉਹਦਾ ਇਲਾਜ ਸ਼ੁਰੂ ਕਰਵਾ ਦੇਵੇ। ਤੁਹਾਡਾ ਡਿਸਪਿਊਟ ਚੱਲ ਰਿਹਾ ਇੱਕ ਵੱਖਰੀ ਗੱਲ ਹੈ, ਪਰ ਇਨਸਾਨੀਅਤ ਦੇ ਤੌਰ 'ਤੇ ਜਿਹੜੀ ਆ ਉਹਨੂੰ ਹੈਲਪ, ਮੈਡੀਕਲ ਹੈਲਪ ਮਿਲਣੀ ਜ਼ਰੂਰੀ ਆ। ਉਹ ਹੋਸਪਿਟਲ ਦੇ ਬਾਹਰ 7-8 ਘੰਟੇ ਤੜਫਦਾ ਰਿਹਾ, ਹਾਰ ਕੇ ਉਸ ਲੜਕੇ ਗੁਰਵੀਰ ਸਿੰਘ ਦੀ, ਨੌਜਵਾਨ ਦੀ ਮੌਤ ਹੋ ਗਈ। ਹੁਣ ਤੁਸੀਂ ਦੱਸੋ ਕਿ ਇਹਦੇ ਵਿੱਚ ਮਾਂ ਪਿਓ ਦਾ ਕੀ ਕਸੂਰ ਹੈ ਜਾਂ ਉਸ ਨੌਜਵਾਨ ਦਾ ਕੀ ਕਸੂਰ ਹੈ? ਉਸ ਔਰਤ ਨੇ ਕਿੰਨਾ, ਉਸ ਪਰਿਵਾਰ ਨੇ ਕਿੰਨਾ ਉਸ ਲੜਕੇ ਦੇ ਪਰਿਵਾਰ ਨਾਲ ਧੱਕਾ ਕੀਤਾ? ਉਹਦੇ ਚਾਚਾ ਜੀ ਦਾ ਕਹਿਣਾ, ਉਹਦੇ ਚਾਚਾ ਜੀ ਨੇ ਬਿਆਨ ਦਿੱਤਾ, ਉਹ ਕਹਿ ਰਹੇ ਆ ਕਿ ਅਸੀਂ ਬਹੁਤ ਮਿੰਨਤਾਂ ਕੀਤੀਆਂ ਉਹਦੇ ਮਾਤਾ ਪਿਤਾ ਦੀਆਂ ਵੀ ਤੁਸੀਂ ਆਪਣੀ ਲੜਕੀ ਨੂੰ ਫੋਨ ਕਰਕੇ ਕਹੋ ਵੀ ਇੱਕ ਵਾਰ ਲੜਕੇ ਕੋਲ ਚੱਲ ਜੇ, ਹੋਸਪਿਟਲ ਨੂੰ ਦਾਖਲ ਕਰਵਾ ਦੇਵੇ। ਡਿਸਪਿਊਟ ਚੱਲਦਾ ਇੱਕ ਵੱਖਰੀ ਗੱਲ ਆ, ਪੁਲਿਸ ਨੂੰ ਕਹਿ ਦੇਵੇ, ਪਰ ਉਹ ਨਹੀਂ ਮੰਨੇ, ਉਹਨਾਂ ਨੇ ਫੋਨ ਬੰਦ ਕਰ ਲਏ। ਉਹਦਾ ਨਤੀਜਾ ਕੀ ਨਿਕਲਿਆ ਕਿ ਇੱਕ ਨੌਜਵਾਨ ਦੀ
ਮੌਤ ਹੋ ਗਈ। ਔਰ ਮਾਪਿਆਂ ਦਾ ਤੁਸੀਂ ਸੋਚੋ ਕਿ ਜਦੋਂ ਨੌਜਵਾਨ ਪੁੱਤ ਚਲਾ ਜਾਵੇ ਤੇ ਉਦੋਂ ਮਾਂ ਪਿਓ ਦਾ ਕੀ ਹਾਲ ਹੁੰਦਾ। ਮਾਂ ਪਿਓ ਨੇ ਇੰਨਾ ਔਖਾ ਹੋ ਕੇ ਲਿਮਟਾਂ ਲੈ ਕੇ ਕਿੰਨਾ ਕੁਛ ਗਿਰਵੀ ਰੱਖ ਕੇ ਗੱਡੀਆਂ ਕਾਰਾਂ ਵੇਚ ਕੇ ਔਖੇ ਹੋ ਕੇ ਭੇਜਿਆ ਤੇ ਕੀ ਉਹਨਾਂ ਨੂੰ ਨਤੀਜਾ ਮਿਲਿਆ ਇਹ ਸਭ ਕੁਛ ਕਰਨ ਦਾ, ਇੱਕ ਆਪਣੇ ਮੁੰਡੇ ਦੀ ਮੌਤ। ਸੋ ਸਰਕਾਰਾਂ ਨੂੰ ਵੀ ਚਾਹੀਦਾ ਔਰ ਪੁਲਿਸ ਨੂੰ ਵੀ ਚਾਹੀਦਾ ਵੀ ਇਹੋ ਜਿਹਾ ਕੁੜੀਆਂ 'ਤੇ ਨੱਥ ਪਾਈ ਜਾਵੇ। ਇਹਦੇ ਪਰਿਵਾਰ ਦੇ ਉੱਤੇ ਉਹਦੇ ਪਿਤਾ ਦਾ ਬਿਆਨ ਦਿੱਤਾ ਕਿ ਅਸੀਂ ਇਹਦੇ ਮਾਤਾ ਪਿਤਾ ਨੂੰ ਬਹੁਤ ਕਿਹਾ ਵੀ ਤੁਸੀਂ ਆਪਣੀ ਲੜਕੀ ਨੂੰ ਸਮਝਾਓ, ਪਰ ਉਹ ਵੀ ਕਿਸੇ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ। ਉਹਨਾਂ ਨੇ ਬਹੁਤ ਜਗ੍ਹਾ ਥਾਣਾ ਸਨੌਰ ਦੇ ਵਿੱਚ ਵੀ ਉਹਨਾਂ ਨੇ ਕੰਪਲੇਂਟ ਕੀਤੀ ਆ ਵੀ ਇਹ ਜਿਹੜਾ ਇਹਨਾਂ ਡਿਸਪਿਊਟ ਚੱਲ ਰਿਹਾ ਕੁੜੀ ਨੂੰ, ਉਹ ਕਹਿੰਦੇ ਨਹੀਂ ਸਾਡੀ ਕੁੜੀ ਨੇ ਨਹੀਂ ਰਹਿਣਾ। ਉਹਦੇ ਲੜਕੇ ਦੇ ਪਿਤਾ ਦਾ ਕਹਿਣਾ ਹੈ ਕਿ ਅਸੀਂ ਵਿਆਹ ਆਪਣੇ ਮੁੰਡੇ ਦਾ ਘਰ ਵਸਾਉਣ ਨੂੰ ਕੀਤਾ ਸੀ, ਨਾ ਕਿ ਉਜਾੜਨ ਨੂੰ, ਪਰ ਉਹ ਲੜਕੀ ਦਾ ਮਕਸਦ ਆਪਣਾ ਸਿਰਫ ਉੱਲੂ ਸਿੱਧਾ ਕਰਨਾ ਸੀ ਔਰ ਉਹਨੇ ਕਰ ਲਿਆ ਅਤੇ ਨੌਜਵਾਨ ਮੁੰਡਾ ਨਿਕਲ ਗਈ। ਸੋ ਸਰਕਾਰਾਂ ਨੂੰ ਵੀ ਚਾਹੀਦਾ, ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਇਹੋ ਜਿਹਿਆਂ ਉੱਤੇ ਨੱਥ ਪਾਈ ਜਾਵੇ, ਨਹੀਂ ਤਾਂ ਹੋਰ ਪਤਾ ਨਹੀਂ ਕਿੰਨੇ ਕੁ ਜਿਹੜੇ ਸਾਡੇ ਨੌਜਵਾਨ ਨੇ ਇਸ ਦੀ ਜਿਹੜੀ ਬਲੀ ਚੜ੍ਹਨਗੇ।